ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ, ਇੰਪੋਰਟੈਂਟ ਵਲੌਗ ਹੈ ਅਤੇ ਬਹੁਤ ਇੰਪੋਰਟੈਂਟ ਇੱਕ ਬ੍ਰੇਕਿੰਗ ਅਪਡੇਟ ਜਿਹੜੀ ਹੈ ਉਹ ਕੈਨੇਡਾ ਤੋਂ ਸਾਹਮਣੇ ਆਈ ਹੈ। ਕੈਨੇਡਾ ਇੱਕ ਤੋਂ ਬਾਅਦ ਇੱਕ ਵੱਡੇ ਡਿਸੀਜਨ ਲੈ ਰਿਹਾ ਹੈ। ਇਸੇ ਲੜੀ ਦੇ ਵਿੱਚ ਕੈਨੇਡਾ ਨੇ ਇੱਕ ਹੋਰ ਬਹੁਤ ਵੱਡੀ ਅਨਾਊਂਸਮੈਂਟ ਕੀਤੀ ਹੈ, ਨਾਲ ਹੀ ਉਹਨੂੰ ਇਫੈਕਟਿਵਲੀ ਜਿਹੜਾ ਹੈ ਉਹ ਕਹਿ ਸਕਦੇ ਇੰਪਲੀਮੈਂਟ ਵੀ ਕਰ ਦਿੱਤਾ ਹੈ। ਕੈਪ ਅਨਾਊਂਸ ਕੀਤਾ ਗਿਆ, ਸਪੋਂਸਰਸ਼ਿਪ ਐਪਲੀਕੇਸ਼ਨ ਦੇ ਉੱਤੇ ਇਹ ਕੈਪ ਜਿਹੜਾ ਹੈ ਉਹ ਅਨਾਊਂਸ ਕੀਤਾ ਗਿਆ। ਕੀ ਇਹ ਪੂਰਾ ਕਹਿ ਸਕਦੇ ਕਿ ਅਨਾਊਂਸਮੈਂਟ ਹੈ, ਕੀ ਇਸ ਨੂੰ ਲੈ ਕੇ ਅਪਡੇਟ ਹੈ, ਇਹ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਨੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ। ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਤੁਹਾਡੇ ਤੱਕ ਸਹੀ ਅਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਜੇ ਤੁਸੀਂ ਤੁਹਾਡਾ SOP ਛਲਪ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ ਜਿਹੜੀ ਇਹ ਨਵੀਂ ਅਪਡੇਟ ਆਈ ਹੈ ਇਹ ਸਪੋਂਸਰਸ਼ਿਪ ਐਪਲੀਕੇਸ਼ਨ ਨੂੰ ਹੈ, ਜਿਹੜੀ ਫੈਮਿਲੀ ਸਪੋਂਸਰਸ਼ਿਪ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ ਤੇ ਅਕਸਰ ਕਹਿ ਸਕਦਾ ਕਿ ਜਿਹੜੇ ਵੀ ਕੈਨੇਡਾ ਦੇ ਵਿੱਚ ਨੇ ਉਹ ਆਪਣੀ ਫੈਮਿਲੀ ਨੂੰ ਸਪੋਂਸਰ ਕਰਦੇ ਨੇ ਕੈਨੇਡਾ ਵਾਸਤੇ। ਹੁਣ ਉਹਦੇ ਵਿੱਚ ਕੀ ਹੈ ਕਿ ਕਿਊਬਿਕ ਨੇ ਕੈਪ ਇੰਪੋਜ਼ ਕਰ ਦਿੱਤਾ ਹੈ, ਕੈਪ ਲਗਾ ਦਿੱਤਾ ਹੈ ਫੈਮਿਲੀ ਸਪੋਂਸਰਸ਼ਿਪ ਦੇ ਉੱਤੇ। ਜਿਹੜੀਆਂ ਵੀ ਫੈਮਿਲੀ ਸਪੋਂਸਰਸ਼ਿਪ ਦੀਆਂ ਐਪਲੀਕੇਸ਼ਨਸ ਹੋਣਗੀਆਂ ਉਹ ਹੁਣ ਕੈਪ ਦੇ ਦਾਇਰੇ ਦੇ ਅੰਦਰ ਹੋਣਗੀਆਂ। ਟੋਟਲ ਇਹਦਾ ਜਿਹੜਾ ਕੋਟਾ ਹੈ ਉਹ 13,000 ਐਪਲੀਕੇਸ਼ਨ ਦਾ ਰੱਖਿਆ ਗਿਆ ਹੈ। 13,000 ਐਪਲੀਕੇਸ਼ਨ ਪੂਰੀਆਂ ਹੋਣ ਤੋਂ ਬਾਅਦ, ਯਾਨੀ 13,000 ਵੀਜ਼ੇ ਗ੍ਰਾਂਟ ਕੀਤੇ ਜਾਣਗੇ ਜਦੋਂ ਇਹ ਪੂਰੇ ਹੋ ਗਏ, ਉਸ ਤੋਂ ਬਾਅਦ ਕਹਿ ਸਕਦੇ ਕਿ ਇਹਦੇ ਉੱਤੇ ਹੋਰ ਵੀਜ਼ਾ ਇਸ਼ੂ ਨਹੀਂ ਕੀਤਾ ਜਾਵੇਗਾ। ਸੋ ਇਹ ਕੋਟਾ ਅਨਾਊਂਸ ਕਰ ਦਿੱਤਾ ਗਿਆ ਹੈ। ਇਹਦੇ ਵਿੱਚ ਕੀ ਹੈ ਕਿ 10,400 ਜਿਹੜੇ ਹੈ ਉਹ ਸਪਾਊਸ ਜਾਂ ਕਾਮਨ ਲਾ ਪਾਰਟਨਰ ਜਿਹੜੇ ਨੇ ਜਾਂ ਡਿਪੈਂਡੈਂਟ ਚਿਲਡਰਨ ਜਿਹੜੇ ਨੇ ਉਹ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਉਹ ਸ਼ਾਮਲ ਨੇ, ਯਾਨੀ ਕਿ 10,400 ਵੀਜ਼ੇ ਜਿਹੜੇ ਹੈ ਉਹ ਇਹਨਾਂ ਨੂੰ ਇਸ਼ੂ ਕੀਤੇ ਜਾਣਗੇ। 2600 ਵੀਜ਼ੇ ਯਾਨੀ 2,600 ਵੀਜ਼ਾ ਜਿਹੜੇ ਨੇ ਉਹ ਫਾਦਰ, ਮਦਰ, ਗ੍ਰੈਂਡ ਫਾਦਰ, ਗ੍ਰੈਂਡ ਮਦਰ ਤੇ ਹੋਰ ਜਿਹੜੇ ਵੀ ਇਲੀਜੀਬਲ ਰਿਲੇਟਿਵ ਨੇ ਉਹਨਾਂ ਵਾਸਤੇ ਰੱਖੇ ਗਏ ਨੇ। ਯਾਨੀ ਕਿ ਤਕਰੀਬਨ 2600 ਐਪਲੀਕੇਸ਼ਨ ਜਿਹੜੀਆਂ ਨੇ ਉਹ ਮਦਰ ਫਾਦਰ, ਗ੍ਰੈਂਡ ਫਾਦਰ, ਗ੍ਰੈਂਡ ਮਦਰ ਜਾਂ ਹੋਰ ਜਿਹੜੇ ਇਲੀਜੀਬਲ ਰਿਲੇਟਿਵ ਨੇ ਉਹਨਾਂ ਵਾਸਤੇ ਇਹ ਕੋਟਾ ਰੱਖਿਆ ਗਿਆ। ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਸ ਕੈਟਾਗਰੀ ਚ ਨਹੀਂ ਆਉਂਦਾ, ਯਾਨੀ ਕੈਪ ਦੇ ਦਾਇਰੇ ਵਿੱਚ ਜਿਹਨੂੰ ਨਹੀਂ ਰੱਖਿਆ ਗਿਆ, ਉਹਦੇ ਵਿੱਚ ਕੀ ਹੈ ਕਿ ਸਪੋਂਸਰ ਡਿਪੈਂਡੈਂਟ ਮਾਈਨਰ ਚਾਈਲਡ, ਜੇਕਰ ਤੁਹਾਡਾ ਜਿਹਨੂੰ ਸਪੋਂਸਰ ਕਰ ਰਹੇ ਹੋ ਉਹ ਤੁਹਾਡੇ ਤੇ ਡਿਪੈਂਡੈਂਟ ਹੈ ਤੇ ਮਾਈਨਰ ਚਾਈਲਡ ਹੈ ਜਿਸ ਦੀ ਉਮਰ 18 ਸਾਲ ਤੋਂ ਨੀਚੇ ਹੈ, ਉਹਨੂੰ ਇਸ ਕੋਟੇ ਦੇ ਅਧੀਨ ਨਹੀਂ ਲਿਆਂਦਾ ਜਾਵੇਗਾ, ਉਹਨੂੰ ਵੀਜ਼ਾ ਗ੍ਰਾਂਟ ਹੋਵੇਗਾ, ਉਹਦਾ ਇਸ ਕੈਪ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਤੋਂ ਬਾਅਦ ਜੇਕਰ ਸਪੋਂਸਰ ਜਿਹੜਾ ਉਹ ਚਾਹੁੰਦਾ ਹੈ ਕੋਈ ਬੱਚਾ ਅਡੋਪਟ ਕਰਨਾ, ਮਾਈਨਰ ਚਿਲਡਰਨ ਨੂੰ ਅਡੋਪਟ ਕਰਨਾ, ਤੇ ਉਸ ਕੰਡੀਸ਼ਨ ਨੂੰ ਵੀ ਇਸ ਕੈਪ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ। ਉਸ ਤੋਂ ਇਲਾਵਾ ਜੇਕਰ ਮਾਈਨਰ ਚਾਈਲਡ ਹੈ ਸਪੋਂਸਰ ਦਾ, ਭਰਾ ਵਾ, ਸਿਸਟਰ ਹੈ, ਨੈਫਿਊ ਹੈ, ਨੀਸ ਹੈ, ਗ੍ਰੈਂਡ ਸਨ ਹੈ ਜਾਂ ਗ੍ਰੈਂਡ ਡਾਟਰ ਹੈ, ਉਹਨਾਂ ਨੂੰ ਵੀ ਇਹ ਤੋਂ ਬਾਹਰ ਰੱਖਿਆ ਗਿਆ ਹੈ। ਤੇ ਨਾਲ ਦੀ ਨਾਲ ਇਹ ਸਪੋਂਸਰ ਐਡਲਟ ਚਾਈਲਡ ਹੂ ਇਜ਼ ਡਿਪੈਂਡੈਂਟ ਔਨ ਏ ਪੇਰੈਂਟਸ ਡਿਊ ਟੂ ਡਿਸਬਿਲਿਟੀ, ਜੇਕਰ ਕਿਸੇ ਤਰੀਕੇ ਦੀ ਵੀ ਅਪੰਗ ਆ ਕੋਈ ਬੰਦਾ ਜਿਹੜਾ ਕਿ ਫਿਜ਼ੀਕਲੀ ਨਹੀਂ ਫਿੱਟ ਹੈਗਾ, ਉਹਨੂੰ ਉਹ ਜੇਕਰ ਉਹਨਾਂ ਤੇ ਡਿਪੈਂਡੈਂਟ ਹੈ ਤਾਂ ਉਹਨਾਂ ਨੂੰ ਵੀ ਉਹ ਸਪੋਂਸਰ ਕਰ ਸਕਦੇ ਨੇ ਤੇ ਉਹਨਾਂ ਨੂੰ ਵੀ ਇਸ ਕੋਟੇ ਤੋਂ ਐਗਜ਼ੈਂਪਟ ਰੱਖਿਆ ਗਿਆ। ਫਿਲਹਾਲ ਜਿਹੜੀ ਇਹ ਸ਼ੁਰੂਆਤ ਹੈ ਉਹ ਕੀਤੀ ਗਈ ਹੈ ਕਿਊਬਿਕ ਦੇ ਵੱਲੋਂ। ਕਿਊਬਿਕ ਨੇ ਇਹ ਅਨਾਊਂਸ ਕਰ ਦਿੱਤਾ ਹੈ ਕਿ ਹੁਣ 10,400 ਐਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਕੀਤੀਆਂ ਜਾਣਗੀਆਂ ਸਪਾਊਸ ਤੇ ਕਾਮਨ ਲਾ ਪਾਰਟਨਰ ਦੀਆਂ, ਤੇ 2600 ਐਪਲੀਕੇਸ਼ਨ ਜਿਹੜੀਆਂ ਨੇ ਉਹ ਮਦਰ ਫਾਦਰ, ਗ੍ਰੈਂਡ ਫਾਦਰ ਤੇ ਗ੍ਰੈਂਡ ਕਹਿ ਸਕਦੇ ਕਿ ਫਾਦਰ ਤੇ ਮਦਰ ਦੀਆਂ ਹੋਣਗੀਆਂ ਜਾਂ ਫਿਰ ਹੋਰ ਵੀ ਜਿਹੜੇ ਇਲੀਜੀਬਲ ਰਿਲੇਟਿਵ ਨੇ ਉਹਨਾਂ ਦੀਆਂ ਹੋਣਗੀਆਂ। ਸੋ ਇੱਕ ਬਹੁਤ ਵੱਡੀ ਅਨਾਊਂਸਮੈਂਟ ਕਹੀ ਜਾ ਸਕਦੀ ਹੈ ਕੈਨੇਡਾ ਦੇ ਵੱਲੋਂ, ਇੱਕ ਤੋਂ ਬਾਅਦ ਇੱਕ ਜਿਹੜਾ ਲੜੀਵਾਰ ਕਹਿ ਸਕਦੇ ਹਾਂ ਕਿ ਨਵੀਆਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਉਸੇ ਲੜੀ ਦੇ ਵਿੱਚ ਹੁਣ ਇਹ ਵੀ ਅਨਾਊਂਸਮੈਂਟ ਹੋਈ ਹੈ ਤੇ ਜਿਹੜਾ ਇਹ ਇੰਪੋਜ਼ ਹੋ ਰਿਹਾ ਉਹ
26 ਤਰੀਕ ਨੂੰ ਇਹ ਅਨਾਊਂਸਮੈਂਟ ਹੋਈ ਹੈ 26 ਜੂਨ ਨੂੰ, ਤੇ ਸੇਮ ਡੇ ਤੋਂ ਇੰਪੋਜ਼ ਹੋ ਗਿਆ, ਯਾਨੀ ਕਿ ਹੁਣ ਤੋਂ ਬਾਅਦ ਜਿੰਨੀਆਂ ਵੀ ਐਪਲੀਕੇਸ਼ਨ ਲੱਗਣਗੀਆਂ ਉਹ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਨੇ ਇਸ ਦਾਇਰੇ ਦੇ ਵਿੱਚ ਆਉਣਗੀਆਂ, ਤੇ ਇਹ ਜਿਹੜਾ ਇਫੈਕਟਿਵ ਰਹੇਗਾ 25 ਜੂਨ 2026 ਤੱਕ, ਯਾਨੀ ਕਿ ਇੱਕ ਪਾਇਲਟ ਪ੍ਰੋਜੈਕਟ ਕਹਿ ਸਕਦੇ ਹੋ ਕਿ ਇੱਕ ਦਾਇਰਾ ਰੱਖਿਆ ਗਿਆ ਹੈ ਕਿ 25 ਜੂਨ 2026, ਯਾਨੀ ਕਿ ਜਿਹੜੀਆਂ ਵੀ ਐਪਲੀਕੇਸ਼ਨ 26 ਜੂਨ 2024 ਤੇ 25 ਜੂਨ 2026 ਦੇ ਵਿਚਕਾਰ ਲੱਗਣਗੀਆਂ ਉਹਨਾਂ ਤੇ ਇਹ ਰੂਲ ਕੰਡੀਸ਼ਨ ਜਿਹੜੇ ਨੇ ਉਹ ਲਾਗੂ ਹੋਣਗੇ। ਸੋ ਜਿੰਨੇ ਵੀ ਸਪੋਂਸਰਸ਼ਿਪ ਨੇ ਫੈਮਿਲੀ ਵਾਲੇ, ਫੈਮਿਲੀ ਸਪੋਂਸਰਸ਼ਿਪ ਉਡੀਕ ਰਹੇ ਸੀਗੇ ਜਾਂ ਫਿਰ ਉਹਨਾਂ ਤੇ ਜਿਨ੍ਹਾਂ ਨੇ ਫਾਈਲਿੰਗ ਕਰਨੀ ਹੈ ਉਹ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣ। ਹਾਲਾਂਕਿ ਜੇਕਰ ਇਹਨੂੰ ਓਵਰਆਲ ਕੈਲਕੂਲੇਟ ਕੀਤਾ ਜਾਵੇ ਡਰਨ ਦੀ ਲੋੜ ਨਹੀਂ ਹੈਗੀ, ਸਿਰਫ ਇੱਕ ਪ੍ਰੋਵਿੰਸ ਦੇ ਵੱਲੋਂ ਇਹ ਡਿਸੀਜਨ ਲਿਆ ਗਿਆ ਹੈ। ਸੋ ਉਸ ਪ੍ਰੋਵਿੰਸ ਦੇ ਵਿੱਚ ਜੇਕਰ 13,000 ਐਪਲੀਕੇਸ਼ਨ ਅਪਰੂਵ ਹੁੰਦੀਆਂ ਤੇ ਉਹ ਵੀ ਨੰਬਰ ਆਫ ਐਪਲੀਕੇਸ਼ਨ ਜਿਹੜੀਆਂ ਨੇ ਬਹੁਤ ਨੇ, ਇੰਨਾ ਘੱਟ ਨਹੀਂ ਹੈਗੀਆਂ। ਇਹ ਪੂਰੇ ਕੈਨੇਡਾ ਵਾਸਤੇ ਅਨਾਊਂਸਮੈਂਟ ਨਹੀਂ ਹੈਗੀ। ਜਿਹੜੇ ਵੀ ਸੁਣਿਆ ਦੇਖਣ ਵਾਲੇ ਨੇ ਉਹ ਇਸ ਗੱਲ ਨੂੰ ਲੈ ਕੇ ਬਿਲਕੁਲ ਵੀ ਕਨਫਿਊਜ਼ ਨਾ ਹੋਣ ਕਿ ਉਹਨਾਂ ਦਾ ਬੱਚਾ ਜੇ ਓਨਟਾਰੀਓ ਦੇ ਵਿੱਚ ਹੈ ਜਾਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਹੈ, BC ਦੇ ਵਿੱਚ ਜਾਂ ਜਿਹੜੀ ਵੀ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਉਹਨਾਂ ਤੇ ਰੂਲ ਕੰਡੀਸ਼ਨ ਲਾਗੂ ਨਹੀਂ ਹੁੰਦੇ। ਇਹ ਸਿਰਫ ਤੇ ਸਿਰਫ ਹਾਲੇ ਕਿਊਬਿਕ ਨੇ ਸ਼ੁਰੂਆਤ ਕੀਤੀ ਹੈ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਗਰ ਜੇ ਪ੍ਰੋਵਿੰਸ ਹੋਰ ਇਸ ਤਰ੍ਹਾਂ ਦਾ ਡਿਸੀਜਨ ਲੈ ਲੈਂਦੀ ਹੈ ਤੇ ਉਹ ਨਹੀਂ ਕਿਹਾ ਜਾ ਸਕਦਾ, ਪਰ ਫਿਲਹਾਲ ਦੀ ਘੜੀ ਜਿਹੜਾ ਉਹ ਕਿਊਬਿਕ ਨੇ ਪਹਿਲ ਕੀਤੀ ਹੈ ਤੇ ਕਿਊਬਿਕ ਨੇ ਹੁਣ ਕੈਪ ਅਨਾਊਂਸ ਕਰ ਦਿੱਤਾ ਹੈ। ਜਿਹੜੇ ਵੀ ਫੈਮਿਲੀ ਸਪੋਂਸਰਸ਼ਿਪ ਦੇ ਉੱਤੇ ਜਿਹੜਾ ਵੀਜ਼ਾ ਲਗਾਉਂਦੇ ਸੀਗੇ ਉਹਨਾਂ ਵਾਸਤੇ ਇਹ ਕੈਪ ਦੀ ਅਨਾਊਂਸਮੈਂਟ ਕੀਤੀ ਗਈ ਹੈ। ਇਸ ਮਾਮਲੇ ਜੇਕਰ ਹੋਰ ਵੀ ਕੋਈ ਅਪਡੇਟ ਹੋਏਗਾ ਤੁਹਾਡੇ ਤੱਕ ਲੈ ਕੇ ਆਵਾਂਗੇ। ਬਣੇ ਰਹੋ ਬਾਜਵਾ ਐਂਡ ਸੰਧੂ ਵਲੌਗਸ ਦੇ ਨਾਲ, ਚੈਨਲ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ। ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ। ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ, ਕੇਪਸ ਨੋਟ SOP ਛਪ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।